ਦੇ ਦੇ ਮੈਂ ਆਪ ਲੱਗਣਾ ਆ ਨਾਲ ਫੜ ਕੇ ਕੰਮ ਕਰਾਉਣਾ ਪੈਣਾ ਮਿਸਤਰੀਆਂ ਆ ਵਾ ਜਿਹੜੀਆਂ ਗਰਾਰੀਆਂ ਗਿਆ ਓਕੇ ਠੀਕ ਹੈ ਇਹ ਚੀਜ਼ਾਂ ਹੁਣ ਚਾਰ ਹੈ ਹਾਂਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਅਤੇ ਅੱਜ ਆਪਾਂ ਜਾਣਾਗਾ ਏਜੰਸੀ ਏਜੰਸੀ ਵਾਲਿਆਂ ਦਾ ਫੋਨ ਆਇਆ ਸੀਗਾ ਕਹਿੰਦੇ ਬਾਈ ਟਰੈਕਟਰ ਅਸੀਂ ਖੋਲ੍ਹਤਾ ਗਾ ਸਾਰਾ ਏ ਟੂ ਜੈੱਡ ਅਤੇ ਹੁਣ ਸਮਾਨ ਪਾਉਣਾ ਨਵਾਂ ਅਤੇ ਤੁਸੀਂ ਆ ਜਾਓ ਅਤੇ ਹੁਣ ਆਪਾਂ ਜਾਣਾਗਾ ਏਜੰਸੀ ਅਤੇ ਇਸੇ ਤਰ੍ਹਾਂ ਹੀ ਆਪਣੇ ਵਲੌਗ ਸ਼ੇਅਰ ਕਰ ਦਿਓ ਕਰਿਆ ਕਰੋ ਵੱਧ ਤੋਂ ਵੱਧ ਅਤੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਅਤੇ ਘੰਟੀ ਵਾਲਾ ਬਟਨ ਦਬਾ ਕੇ ਰੱਖਿਆ ਕਰੋ ਫਿਰ ਹੀ ਪਤਾ ਲੱਗੂ ਵੀ ਆਪਣਾ ਵਲੌਗ ਆ ਗਿਆ ਇੱਕ ਹੋਰ ਅਤੇ ਬਾਕੀ ਜਿਹੜੇ ਆਪਣੇ ਫੋਲੋਵਰ ਇੰਸਟਾ 'ਤੇ ਆ ਉਹ ਸਾਰੇ ਇੱਥੇ ਆਓ ਇਨ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਗਾਂਹ ਦੀ ਗਾਂ ਅਤੇ ਜਿੱਦਣ ਆਪਣੇ 1K ਸਬਸਕ੍ਰਾਈਬਰ ਕੰਪਲੀਟ ਹੋ ਗਏ ਉੱਦਣ ਮੈਂ ਡਿਟੇਲ ਦੇ ਵਿੱਚ ਘੱਟ ਤੋਂ ਘੱਟ 30-40 ਮਿੰਟ ਦੀ ਵੀਡੀਓ ਪਾਊਂਗਾ ਜਿਹਦੇ 'ਚ ਮੈਂ ਟਰੈਕਟਰ ਚੁਕਾਉਣਾ ਦੱਸੂੰਗਾ ਟਰੈਕਟਰ ਦੇ ਵਿੱਚ ਸੈਟਿੰਗ ਕੀ ਕਰਨੀ ਆ ਆਪਾਂ ਚੁਕਾਉਣ ਤੋਂ ਪਹਿਲਾਂ ਪੰਪ ਦੀ ਸੈਟਿੰਗ ਕਿਵੇਂ ਹੋਣੀ ਆ ਤਾਂ ਕਿਹੜੇ ਗੇਅਰ 'ਚ ਚੱਕਿਆ ਜਾਂਦਾ ਟਰੈਕਟਰ ਬ੍ਰੇਕਾਂ ਦੀ ਕਿਵੇਂ ਸੈਟਿੰਗ ਆ ਇਕੱਲੀ ਇਕੱਲੀ ਚੀਜ਼ ਡਿਟੇਲ 'ਚ ਦੱਸੂੰਗਾ ਅਤੇ ਜਿੱਦਣ ਆਪਣੇ 1K ਸਬਸਕ੍ਰਾਈਬਰ ਕੰਪਲੀਟ ਹੋ ਗਏ ਉੱਦਣ ਮੈਂ ਉਹ ਵਲੌਗ ਅਪਲੋਡ ਕਰ ਦੂੰਗਾ ਅਤੇ ਹੁਣ ਆਪਾਂ ਟਰੈਕਟਰ ਅੱਜ ਜੇ ਸ਼ਾਮ ਨੂੰ ਮਿਲ ਗਿਆ ਤਾਂ ਕੱਲ੍ਹ ਪਰਸੋਂ ਨੂੰ ਆਪਾਂ ਝੋਨਾ ਵੱਢਣਾਗਾ ਫਿਰ ਉਹਦੇ ਵਲੌਗ ਆਉਣਗੇ ਅਤੇ ਅੱਜ ਜਾਣੇ ਏਜੰਸੀ ਦੇਖੋ ਫਿਰ ਏਜੰਸੀ ਜਾ ਕੇ ਵਹਿਣੇ ਆ ਵੀ ਆਪਣਾ ਟਰੈਕਟਰ ਬਣ ਗਿਆ ਕਿ ਨਹੀਂ ਬਣ ਗਿਆ ਚਲੋ ਫਿਰ ਹਾਂਜੀ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਜਿੱਥੇ ਆਪਣੀਆਂ ਗੱਡੀਆਂ ਗੁੱਡੀਆਂ ਖੜਦੀਆਂ ਸਾਰੀਆਂ ਆ ਇੱਥੇ ਆਪਣੀ ਵਿੰਟੇਜ ਹੀ ਆ ਪੁਰਾਣੀ ਬਹੁਤ ਬਿਲਡਿੰਗ ਪਈ ਇੱਥੇ ਆਪਾਂ ਗੱਡੀਆਂ ਗੁੱਡੀਆਂ ਖਿਲਾਰਦੇ ਹਾਂ ਆਪਣੀਆਂ ਟਰੈਕਟਰ ਜਿਹੜੀ ਪਹਿਲਾਂ ਦਰਵਾਜ਼ਾ ਖੋਲ ਲਈ ਆਪਾਂ ਫਿਰ ਜਾਂਦੇ ਹਾਂ ਉਹ ਮਿੱਤਰੋਂ ਆ ਗਏ ਆਪਾਂ ਏਜੰਸੀ ਅਤੇ ਵੇਖਣੇ ਟਰੈਕਟਰ ਬਣਿਆ ਕਿ ਨਹੀਂ ਇਹ ਟਰੈਕਟਰ ਆਪਣਾ ਉਵੇਂ ਪਿਆ ਯਾਰ ਜੀ ਖੁੱਲ੍ਹਾ ਇਹਦਾ ਕੱਖ ਵੀ ਨਹੀਂ ਕੀਤਾ ਕੱਖ ਵੀ ਸਮਾਨ ਜਿਹੜਾ ਪਾਉਣਾ ਸੀਗਾ ਟੁੱਟਾ ਸੀ ਉਹ ਨਵਾਂ ਪਾਤਾ ਗਾ ਤੇ ਇਹਨੇ ਚ ਐਡਵਾਂਸ ਥੋੜਾ ਜਿਹਾ ਪਾਇਆ ਸਮਾਨ ਉਹ ਮੈਂ ਤੁਹਾਨੂੰ ਦੱਸੂਗਾ ਕੀ ਪਾਇਆ ਗਾ ਤੇ ਹੁਣ ਬਸ ਸ਼ਾਮ ਨੂੰ ਆਪਾਂ ਨੂੰ ਟਰੈਕਟਰ ਮਿਲ ਜਾਣਾ ਗਾ ਤੇ ਫਿਰ ਆਪਾਂ ਬਣਾਉਣੇ ਆ ਵੀਡੀਓ ਤੇ ਘਰੇ ਜਾ ਕੇ ਵੀ ਪਾਵਾਂਗੇ ਵੀਡੀਓ ਚੁਕਾ ਕੇ ਇਹਨੂੰ ਅਤੇ 8 ਤਰੀਕ ਨੂੰ ਇਹਨੂੰ ਮੋਡੀਫਾਈਡ ਵਾਸਤੇ ਲਾ ਦਾਂਗੇ ਟਰੈਕਟਰ ਨੂੰ ਅਤੇ ਟਾਇਰ ਟੂਰ ਵੱਡੇ ਪਾਉਣੇ ਹੋਏ ਉਹ ਪਾ ਦਾਂਗੇ ਬਾਕੀ ਹੁਣ ਝੋਨੇ ਦੇ ਵਲੌਗ ਝੋਨਾ ਵੱਢੂਗਾ ਉਹਦੇ ਵਲੌਗ ਪਾਊਂਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਯਾਰ ਤੁਸੀਂ ਵੀਡੀਓ ਤਾਂ ਦੇਖ ਲੈਂਦੇ ਪਰ ਸਬਸਕ੍ਰਾਈਬ ਨਹੀਂ ਕਰਦੇ ਅਤੇ ਹੁਣ ਬਾਈ ਬਸ ਆਉਂਦੇ ਆ ਫਿਰ ਆਪਾਂ ਟਰੈਕਟਰ ਕੱਸ ਕੇ ਲੈ ਕੇ ਜਾਂਦੇ ਸ਼ਾਮ ਨੂੰ ਮਿੱਤਰੋ ਆਹ ਚੀਜ਼ ਏਡੀ ਵੱਡੀ ਆਪਣੇ ਟਰੈਕਟਰ ਟੁੱਟ ਗਈ ਸੀ ਆਹ ਜਿਹੜੀਆਂ ਗਰਾਰੀਆਂ ਗੀਆਂ ਇਹ ਟੁੱਟ ਗਈਆਂ ਸੀ ਇਹ ਬਦਲ ਕੇ ਹੁਣ ਆਪਾਂ ਫੋਰ ਸਟਾਕ ਪਾਈਆਂ ਹੁਣ ਇਹਦੇ ਨਾਲ ਆਪਾਂ ਨੂੰ ਟਰੈਕਟਰ ਝਟਕਾ ਬਹੁਤ ਝੱਲੂ ਕਰੂਗਾ ਟੁੱਟਦਾ ਨਹੀਂ ਕਿਹੜੀ ਚੀਜ਼ ਦਾ ਆਪਾਂ ਫਰਕ ਪਾਇਆ ਵਿੱਚ ਨਾਲੇ ਵੀਡੀਓ ਵਾਲਿਆਂ ਨੂੰ ਦੱਸ ਦਿੰਦੇ ਹਾਂ ਜਿਹੜੇ ਵੇਹਦੇ ਆ ਹਾਂ ਹਾਂ ਇਹਦੇ 'ਚ 2 ਹੁੰਦੇ ਆ ਓਕੇ ਠੀਕ ਆ ਇਹ ਚੀਜ਼ਾਂ ਹੁਣ 4 ਆ ਇਹਦੇ 'ਚ ਠੀਕ ਆ ਹਾਂ ਦੇਖੋ ਇੱਕ ਗਿੱਲੀ ਆ ਰਹੀ ਇੱਕ ਆ ਰਹੀ ਓਕੇ ਠੀਕ ਆ 4 ਹੋ ਗਈ ਇਹ 'ਚ 4 ਸਟਾਰ ਹੋ ਗਿਆ ਠੀਕ ਆ ਇਹਨੂੰ 4 ਸਟਾਰ ਬੋਲਦੇ ਪਹਿਲਾਂ 2 ਸਟਾਰ ਪਹਿਲਾਂ 2 ਸਟਾਰ ਹੁਣ ਜਿਹੜੇ ਨਵੇਂ ਮਾਡਲ ਆਉਂਦੇ ਉਹ ਹੁੰਦੇ 4 ਸਟਾਰ ਮੈਂ 4 ਨਵੇਂ ਮਾਡਲ 'ਚ ਆ ਠੀਕ ਆ ਲਾਈਟਾਂ ਉਵੇਂ ਹੀ ਲੱਗੀਆਂ ਕਿ ਲਾ ਦਈਆਂ ਸੀ ਥੱਲੋਂ ਛੋਟੇ ਛੋਟੀਆਂ ਲੱਗੀਆਂ ਸੀ ਲੱਗੀਆਂ ਬਈ ਲਾਣ ਤਾਰੇ ਹੋਂ ਲੱਗੀਆਂ ਤਾਰੇ ਨਾ ਜਾਣਾ ਅਸ ਸਲਿੱਪ ਗੇਅਰ ਜਾਂ ਕੱਢੀ ਰਹੀ ਏ ਯਾਰ ਕਿਉਂ ਤੈਨੂੰ ਕੰਮ ਰਹਿੰਦਾ ਤੇ ਹੋਰ ਕੀ ਕਰਾਂ ਟੋਜਨ ਨਹੀਂ ਪਾਉਣਾ ਹੁੰਦਾ ਫੇਰ ਨਾ ਕੀ ਕਰਾਂ ਟੋਜਨ ਪਾਉਂਦਾ ਜਦੋਂ ਉਹਦਾ ਸਲਿੱਪ ਗੇਅਰ ਲਾਉਣਾ ਹੁੰਦਾ ਰੁਪਈਆ ਤੁਸੀਂ ਮੇਰਾ ਲਵਾਤਾ 25-30 ਹਜ਼ਾਰ ਰੁਪਈਆ ਕਸਿਆ ਨਹੀਂ ਦੋ ਘੰਟੇ ਕਰ ਦੇਣਾ ਬਾਈ ਕਿਉਂ ਨੀ ਕਸਿਆ ਜਾਣਾ ਦੋ ਦਾ ਟਿਊਬਾਂ ਲਾਉਣੀਆਂ ਟਿਊਬਾਂ ਮਿੰਟੋ ਮਿੰਟ ਲੱਗ ਜਾਣੀਆਂ ਬਸ ਠੀਕ ਆ ਚੁਕਾ ਕੇ ਖਿਲਾਰ ਦੇਣਾ ਆਪਾਂ ਏਜੰਸੀ ਦੇ ਵਿੱਚ
ਰੀਲਾਂ ਰੂਲਾਂ ਦਾ ਆਪਾਂ ਬਣਾ ਦੇਵਾਂਗੇ ਪੂਰੀਆਂ ਲੈ ਤੁਸੀਂ ਟਰੈਕਟਰ ਕੱਸੋ ਫਿਰ ਆਪਾਂ ਪਾਉਣੇ ਵਲੌਗ ਤੇ ਨਾਲੇ ਪਾਉਣੇ ਵੀਡੀਓ ਲੋਕ ਵੇਖਣਗੇ ਵੀ ਯਾਰ ਕਮਾਲ ਕਰਤੀ ਬੰਦਿਆਂ ਨੇ ਜੰਸੀ ਪਹਿਲਾਂ ਜੰਸੀ ਦੇ ਮੇਨ ਬੰਦੇ ਮੈਨੇਜਰ ਲੱਗਾ ਜੰਸੀ ਦਾ ਵੇਖ ਲਓ ਟਰੈਕਟਰ ਕੱਸਣ ਸਾਡਾ ਮੈਨੇਜਰ ਦੇ ਹੱਥ ਚ ਕੱਪੜਾ ਕੁਪੜਾ ਫੜਾਇਆ ਤੇ ਪੂਨੇ ਤੋਂ ਸਪੈਸ਼ਲ ਤੁਹਾਡੇ ਕੋਲ ਕਦੇ ਐਵੇਂ ਦਾ ਟਰੈਕਟਰ ਤਾਂ ਨਹੀਂ ਆਇਆ ਹੋਣਾ ਵੀ ਜਿੰਦੀ ਵਿੱਚ ਗਰਾਰੀ ਆਹ ਵਾਲੀ ਟੁੱਟੀ ਹੋਵੇ ਜਿਹੜੀ ਆਪਾਂ ਪਾਈ ਇਹ ਆਉਣਾ ਵੀ ਨੀ ਟੁੱਟ ਹੀ ਨੀ ਸਕਦੀ ਕਿਸੇ ਤਰੀਕੇ ਨਾਲ ਵੇਲਾ ਜੌਂਡੀ ਏਰੀਆ ਕਿਵੇਂ ਦਾ ਟਰੈਕਟਰ ਆ ਜਿਹਦੇ ਜੈਨ ਨੀ ਪੈਂਦਾ ਨਾ ਸਾਰੇ ਚ ਲੈ ਵੀ ਜੱਟੋ ਮੈਨੇਜਰ ਸਾਹਿਬ ਨੇ ਚੱਕਤਾ ਸਾਰੇ ਲੋ ਵੀ ਜੱਟੋ ਲਿਫਟ ਕਾਸਤੀ ਜੇ ਰਹਿ ਗਈਆਂ ਹੁਣ ਸਲੀਪ ਆਪਣੀਆਂ ਟਿਊਬਾਂ ਮਿੱਤਰੋ ਕਰ ਦੇਣੀ ਆਪਾਂ ਟਿਊਬ ਵਿੱਚ ਮੈਨੇਜਰ ਕਰ ਦੇਣਾ ਟਿਊਬ ਵੀ ਸੀਮਾ ਸਿੱਧੂ ਦਾ ਜੋੜ ਦੋ ਅੱਗੇ ਤੇ ਪਹਿਲਾਂ ਬਲੋਗਰਾਂ ਤੇ ਸੀ ਟਿਊਬ ਤਾਂ ਆਉਂਦੇ ਜੋੜ ਪੂਰਾ ਆ ਗਿਆ ਪੂਰਾ ਟਰੈਕਟਰ ਆਪਾਂ ਜੋ ਲੈ ਗਏ ਆ ਆਪਾਂ ਨਾ ਨੰਬਰ ਆ ਗਿਆ ਹੁਣ ਹੁਣ ਦੇ ਹੱਥ ਦੇ ਲਿਆ ਇੱਕੋ ਲਿਆ ਜੋੜ ਰੱਖੀ ਇੱਕੋ ਜਿਹਾ ਜੋੜ ਰੱਖੀ ਨਾ ਤੇਰੇ ਚ ਜੋੜ ਵੱਧ ਹੋਵੇ ਨਾ ਮੇਰੇ ਚ ਹੋਵੇ ਉਹ ਬਲੌਗ ਪਾ ਦੀ ਬਲੌਗ ਪਾ ਕੇ ਜਾਵਾਂਗੇ ਯਾਰ ਉਹ ਵਾਲਾ ਬਲੌਗ ਵੇ ਉਸਤਾਦ ਜੀ ਮੈਂ ਲੇਬਰ ਤਾਂ ਨਹੀਂ ਤੇਰੀ ਅੱਧੀ ਦੱਸਦੇ ਨੇ ਯਾਰ ਮੈਂ ਆਪ ਲੱਗਾ ਆ ਨਾਲ ਲੈ ਸੱਤਰੇ ਦੇ ਨਾਲ ਜਾ ਮੈਂ ਤੁਹਾਨੂੰ 10000 ਦੱਸਗਾ ਨਹੀਂ 10000 ਮੈਂ ਤਾਂ ਫਿਰ ਪਾਨੇ ਫੜਾ ਦੇਣੇ ਆ ਝਾਪੀਆਂ ਫੜਾ ਦੇਣੇ ਆ ਮੈਨੂੰ 10000 ਦੇ ਦੋ ਯਾਰ ਮੈਂ ਆਜੂ ਰੋਜ਼ ਨਾਲੇ ਗੱਲਾਂ ਬਾਤਾਂ ਕਰਕੇ ਚੱਲ ਕੇ ਆ ਲੋ ਵੀ ਮਿੱਤਰੋ ਮੱਡ ਘੱਟ ਕਸਤਾ ਇੱਕ ਤੇ ਇੱਕ ਰਹਿ ਗਿਆ ਫਿਰ ਟਾਇਰ ਕਸ ਦੇਣੇ ਆ ਟਰੈਕਟਰ ਆਪਣਾ ਹੋ ਗਿਆ ਰੈਡੀ ਨਾਲ ਲਾ ਕੇ ਆਪਾਂ ਕਰਾ ਦਾਂਗਾ ਤੇ ਬਿੱਲ ਵਾਲੇ ਨੇ ਵੀ ਧੁੱਕੀ ਪੱਟਦੀ ਉੱਥੇ ਬਿੱਲ ਵੀ 30000 ਦਾ ਜਾਏ ਖੜਾ ਲਓ ਵੀ ਅੱਟੋ ਆਪਾਂ ਚੱਲੇ ਟਰੈਕਟਰ ਲੈਣ ਤੇ ਘਰੇ ਕੋਈ ਹੈ ਨਹੀਂ ਸੀਗਾ ਜਿਹੜਾ ਛੱਡ ਗਿਆ ਵੇ ਉੱਥੇ ਤੇ ਹੁਣ ਆਪਾਂ ਸਭ ਕਿਸੇ ਦੇ ਕੋਲੋਂ ਲਿਫਟ ਲੈ ਕੇ ਜਾਂਦੇ ਹਾਂ ਭਗਤੇ ਤਿੱਕਰ ਅਤੇ ਫਿਰ ਲਿਆਉਂਦੇ ਟਰੈਕਟਰ ਅੱਟੋ ਆਪਾਂ ਪਹੁੰਚ ਗਏ ਜੰਸੀ ਲਿਫਟ ਲੈ ਕੇ ਆ ਗਿਆ ਸੀ ਮੈਂ ਕੱਲ੍ਹ ਰਾਤ ਟਰੈਕਟਰ ਨੇ ਮਿਲਿਆ ਸੀਗਾ ਅਤੇ ਅੱਜ ਦੁਬਾਰਾ ਹੁਣ ਫਿਰ ਖੜਾ ਆਪਣਾ ਚੋਬਰ ਝੋਟਾ ਸਾਰਾ ਬਣ ਗਿਆ ਹੈ ਆਪਾਂ ਪਹੁੰਚ ਗਏ ਸੀ ਘਰੇ ਘਰੇ ਆ ਕੇ ਟਰੈਕਟਰ ਟਰੂਟਰ ਡੱਕਦਾ ਗਾ ਮੈਂ ਪਰਸੋਂ ਆਪਣੀ ਮਸ਼ੀਨ ਲੱਗੂਗੀ ਅਤੇ ਫਿਰ ਆਪਾਂ ਉਹ ਵਲੌਗ ਪਾਊਂਗਾ ਮੈਂ ਸਾਰਾ A to Z ਅਤੇ ਨਾਲੇ ਚੁਕਾ ਚੁੱਕ ਕੇ ਵੇਖਾਂਗੇ ਅਤੇ ਤੁਸੀਂ ਆਹ ਵਲੌਗ ਇੰਜੋਏ ਕਰੋ ਅਤੇ ਚੈਨਲ ਨੂੰ ਯਾਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਿਉਂਕਿ ਸਬਸਕ੍ਰਾਈਬ ਕਰਨ ਨਾਲ ਤਾਂ ਤੁਹਾਨੂੰ ਕੁਛ ਨਹੀਂ ਹੋਣਾ ਅਤੇ ਸਬਸਕ੍ਰਾਈਬ ਕਰ ਲਿਆ ਕਰੋ ਮੇਰਾ ਵੀਰ ਬਣ ਕੇ ਅਤੇ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਅਤੇ ਵੇਖਿਆ ਕਰੋ ਵਲੌਗ ਇੰਜੋਏ ਕਰੋ ਹੁਣ ਆਹ ਵਾਲਾ ਅਤੇ ਆਪਾਂ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ।